ਸੈਕਟਰੀ ਹੁਣ ਮੇਰੇ ਕੋਲ ਆਏ ਸੀ, ਕਹਿੰਦੇ ਡੀ ਪੀ ਸਰ ਪੈਸਾ ਸਾਡਾ, ਖਰਚਾ ਤੇਰਾ, ਜਿਹੜਾ ਕਰੇਗਾ ਕਰਦਾ। ਪਰ ਉਹ ਮੈਨੂੰ ਘਾਟ ਰੜਕਦੀ ਆ ਵੀ ਉਹ ਦੁਬਾਰੇ ਲਿਆ ਦੇਣ, ਮੈਂ ਲਿਆ ਦੂੰ ਤੁਹਾਡੀ ਸਟੇਟ ਲੈਵਲ ਨੈਸ਼ਨਲ ਲੈਵਲ ਦਾ ਪਲੇਅਰ ਪੈਦਾ ਕਰ ਦੂੰ ਇਹ ਗਰਾਊਂਡ ਦੇ ਵਿੱਚ, ਪਰ ਇਕੱਠੇ ਹੋ ਜਾਓ ਸਾਰੇ ਜਾਣੇ। ਜਿਵੇਂ ਮਿੰਟੂ ਦੀ ਸੋਚ ਆ, ਇਹਦੀ ਸੋਚ 'ਤੇ ਚੱਲੋ ਚਲੋ, ਅਸੀਂ ਨਹੀਂ ਕਹਿੰਦੇ ਪਾਰਟੀ ਲੈਵਲ ਉੱਪਰ, ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਾਰੇ ਇਕੱਠੇ ਹੋ ਕੇ ਸਾਰੇ ਨੌਜਵਾਨ ਜਿਵੇਂ 10-11-12 ਚੱਲੇ ਹਾਂ ਆਪਾਂ, ਉਸ ਤਰ੍ਹਾਂ ਚੱਲੋ ਨੈਸ਼ਨਲ ਸਟੈਂਡ 'ਤੇ ਪਲੇਅਰ ਪੈਦਾ ਕਰਨ ਲਈ ਮੇਰੀ ਜ਼ਿੰਮੇਵਾਰੀ ਜੀ। ਥੈਂਕਸ ਕਰਦਾ। ਮੈਂ ਪਹਿਲਾਂ ਤਾਂ ਸਾਰੀ ਟੂਰਨਾਮੈਂਟ ਕਮੇਟੀ ਨੂੰ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਸਾਰਿਆਂ ਦੀ ਥੈਂਕਸ ਮੁਬਾਰਕਾਂ ਦਿੰਦਾ ਔਰ ਬਟਾਲੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦਿੰਦਾ। ਜਿਹੜੀ ਮੇਰੀ ਸ਼ੁਰੂਆਤ ਹੋਈ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲੀ ਤੋਂ ਹੋਈ ਸੀ, ਔਰ ਸਰਪੰਚ ਸਾਹਿਬ ਖੜ੍ਹੇ ਨੇ, ਦੋਨੇ ਸਰਪੰਚ ਮੇਰੇ ਨਾਲ ਖੜ੍ਹੇ, ਜਿਹੜੇ ਮੇਰੇ ਨਾਲ ਮੋਢਾ ਲੈ ਕੇ ਚੱਲਦੇ ਸੀ ਉਸ ਟਾਈਮ, ਮੈਂਟੂ ਨਹੀਂ ਸਾਰੇ ਨੌਜਵਾਨ। ਪਰ ਮੈਂ ਥੋੜ੍ਹਾ ਜਿਹਾ ਇਹ ਗੱਲ ਮੈਨੂੰ ਰੜਕਦੀ ਆ, 2010 ਦੇ ਵਿੱਚ ਮੈਂ ਇਹ ਗਰਾਊਂਡ ਦੇ ਵਿੱਚ ਮੇਰੇ ਪੰਚ ਗਿਆ ਦੱਬ ਕੇ ਮਿਹਨਤ ਕਰੋ, ਆਪਣਾ ਸਤਿਕਾਰ ਕਰੋ, ਨਸ਼ੇ ਛੱਡੋ, ਨਸ਼ੇ ਛੱਡੋ, ਖੇਡੋ ਜਰਾ। ਅਤੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ, ਖੇਡਾਂ ਚੱਲ ਰਹੀਆਂ, ਸਾਡਾ ਭਰਾ ਗੁਰਜੀਤ ਜੀ, ਬਸ ਸਾਰਿਆਂ ਨੂੰ ਬੈਸਟ ਆਉਣ ਲੱਗਦਾ। ਦੀਪ ਕੌਰ ਗਿੱਲ ਹੈ, ਅਸੀਂ ਗੁਡਫ ਕਾਨਵੈਂਟ ਸਕੂਲ ਸਿਆੜ ਦੀਆਂ ਵਿਦਿਆਰਥਣਾਂ ਹਾਂ। ਅਸੀਂ ਨੈਸ਼ਨਲ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਵਿੱਚ ਸਾਡੇ ਸਕੂਲ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਗੋਮੀ, ਡੀ ਪੀ ਸਰ ਸਰਦਾਰ ਜਸਵੰਤ ਸਿੰਘ ਪੰਨੂ, ਮਨਪ੍ਰੀਤ ਸਰ ਅਤੇ ਲਖਵੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਸਦਕਾ ਹੀ ਅਸੀਂ ਅੱਜ ਨੈਸ਼ਨਲ ਵਿੱਚ ਪਹੁੰਚੇ ਹਾਂ। ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਹਾਂ, ਅਸੀਂ ਨੈਸ਼ਨਲ ਵਿੱਚ ਵੀ ਜਿੱਤ ਕੇ ਆਪਣੇ ਸਕੂਲ ਦਾ ਨਾਮ, ਜ਼ਿਲ੍ਹੇ ਦਾ ਨਾਮ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੇ। ਧੰਨਵਾਦ।